ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਹੋਣ ਤੇ ਵਾਈਟ ਹਾਊਸ ਛੱਡਣ ਸਮੇ ਖੂਫੀਆ ਦਸਤਾਵੇਜ਼ ਆਪਣੇ ਨਾਲ ਲੈ ਜਾਣ ਦੇ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੁੱਧ ਦਾਹਿਰ 44 ਸਫਿਆਂ ਦੇ ਦੋਸ਼ ਪੱਤਰ ਨੂੰ ਜਨਤਕ ਕਰ ਦਿੱਤਾ ਗਿਆ ਮਾਰੇ ਲਾਗੋ ਰਿਜ਼ੋਰਟ ਵਿਖੇ ਕੰਮ ਕਰਦੇ ਸਾਬਕਾ ਰਾਸ਼ਟਰਪਤੀ ਦੇ ਨਿੱਜੀ ਮੁਲਾਜ਼ਮ ਵੋਲਟਮਾਰਟ ਨਾਉਟਾ ਨੂੰ ਵੀ ਸਾਬਕਾ ਰਾਸ਼ਟਰਪਤੀ ਦੇ ਨਾਲ ਦੋਸ਼ੀ ਪਾਇਆ ਗਿਆ ਔਰ ਸਾਬਕਾ ਰਾਸ਼ਟਰਪਤੀ ਵਿਰੁੱਧ ਖੂਫੀਆ ਦਸਤਾਵੇਜ਼ਾਂ ਦੀ ਸੰਭਾਲ ਨੂੰ ਲੈ ਕੇ ਕਥਿਤ ਤੌਰ ਤੇ 8 ਤੰਗੀ ਨਿਯਮਾਂ ਦੀ ਉਲੰਘਣਾ ਕਰਨ ਦੇ ਲਈ ਦਰਜਨਾ ਦੋਸ਼ ਲਾਏ ਗਏ ਨੇ ਉਹਨਾਂ ਵਿਰੁੱਧ 31 ਦੋਸ਼ ਲਾਏ ਗਏ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਬਰਾਮਦ ਦਸਤਾਵੇਜ਼ਾਂ ਵਿੱਚ ਟੌਪ ਸੀਕ੍ਰੀਟ ਦਸਤਾਵੇਜ਼ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸੰਭਾਲਿਆ ਜਾਂਦਾ ਹੈ ਜਨਤਕ ਕੀਤੇ ਦੋਸ਼ ਪੱਤਰ ਅਨੁਸਾਰ 트ੰਪ ਵਿਰੁੱਧ ਦੋਸ਼ ਲਗਾਇਆ ਗਿਆ ਕਿ ਉਹਨਾਂ ਨੂੰ ਆਪਣੇ ਵਕੀਲ ਨੂੰ ਸਲਾਹ ਦਿੱਤੀ ਹੈ ਕਿ ਉਹ FBI ਤੇ ਗ੍ਰੈਂਡ ਜਿਊਰੀ ਅੱਗੇ ਝੂਠ ਬੋਲੇ ਕਿ ਉਸ ਕੋਲ ਖੁਫੀਆ ਦਸਤਾਵੇਜ਼ ਨਹੀਂ ਹਨ 트럼ਪ ਵਿਰੁੱਧ ਇਹ ਵੀ ਦੋਸ਼ ਹੈ ਕਿ ਉਹਨਾਂ ਨੇ ਆਪਣੇ ਮੁਲਾਜ਼ਮ ਨਾਉਟਾ ਨੂੰ ਨਿਰਦੇਸ਼ ਦਿੱਤਾ ਕਿ ਉਹ ਖੁਫੀਆ ਦਸਤਾਵੇਜ਼ਾਂ ਵਾਲੇ ਡੱਬੇ ਲੁਕੋ ਦੇਵੇ ਤਾਂ ਜੋ ਵਕੀਲ FBI ਤੇ ਗ੍ਰੈਂਡ ਜਿਊਰੀ ਦੀ ਪਹੁੰਚ ਤੋਂ ਇਹ ਦਸਤਾਵੇਜ਼ ਦੋ ਰਹਿਣ 트럼ਪ ਉੱਪਰ ਇਹ ਵੀ ਦੋਸ਼ ਹੈ ਕਿ ਉਸਨੇ ਨਾ ਕੇਵਲ ਗੁਪਤ ਦਸਤਾਵੇਜ਼ ਲੁਕੋਏ ਬਲਕਿ ਬੈਡਮਿੰਨਸਟਰ ਨਿਊ ਜਰਸੀ ਵਿਖੇ ਸਥਿਤ 트럼ਪ ਨੈਸ਼ਨਲ ਗੋਲਫ ਕਲੱਬ ਵਿਖੇ ਆਪਣੇ ਮਹਿਮਾਨਾਂ ਨੂੰ ਇਹ ਦਸਤਾਵੇਜ਼ ਦਿਖਾਏ ਦੋਸ਼ ਪੱਤਰ ਦੇ ਅਨੁਸਾਰ ਇੱਕ ਦਸਤਾਵੇਜ਼ ਪਲਾਨ ਆਫ ਅਟੈਕ ਤੇ ਇੱਕ ਹੋਰ ਦਸਤਾਵੇਜ਼ ਫੌਜੀ ਅਡੇ ਦਾ ਨਕਸ਼ਾ ਹੈ ਲਾਏ ਗਏ ਦੋਸ਼ਾਂ ਦੇ ਅਨੁਸਾਰ ਸਾਬਕਾ ਰਾਸ਼ਟਰਪਤੀ ਨੂੰ ਜਾਣਕਾਰੀ ਸੀ ਕਿ ਇਹ ਖੁਫੀਆ ਦਸਤਾਵੇਜ਼ ਨੇ ਨਿਆਂ ਵਿਭਾਗ ਦੇ ਵਿਸ਼ੇਸ਼ ਕੌਂਸਲ ਜੈਕ ਜੋ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਨੇ ਕਿਹਾ ਕਿ ਇਸ ਦੇ ਸ਼ਵੈਚ ਕਾਨੂੰਨ ਨੇ ਜੋ ਸਾਬਤਿਲਾਕੋ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਨਾ ਕਾਨੂੰਨਾ ਤਹਿਤ ਇਕੱਠੇ ਕੀਤੇ ਤੱਥਾਂ ਨੇ ਜਾਂਚ ਦੇ ਸਿੱਟੇ ਨਿਸ਼ਚਿਤ ਕੀਤੇ ਨੇ ਇੱਥੇ ਜ਼ਿਕਰ ਹੋ ਗਿਆ ਕਿ ਸਾਫ ਦਾ ਰਾਸ਼ਟਰਪਤੀ ਦੇ ਫਲੋਰੀਡਾ ਸਥਿਤ ਮਾਰੇ ਲਾਗੋ ਰਿਜ਼ੋਰਟ ਤੇ ਐਫ ਵੀ ਆਈ ਵੱਲੋਂ 2022 ਦੇ ਜੂਨ ਤੇ ਅਗਸਤ ਮਹੀਨੇ ਵਿੱਚ ਮਾਰੇ ਛਾਪਿਆਂ ਦੌਰਾਨ 300 ਤੋਂ ਵੱਧ ਖੋਪੀਆ ਦਸਤਾਵੇਜ਼ ਬਰਾਮਦ ਹੋਏ ਸਨ